ਪ੍ਰਾਈਮੇਸ਼ੀਆ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਰ ਆਨੰਦਪ੍ਰੀਤ ਸਿੰਘ ਪ੍ਰੋਗਰਾਮ ਲੈ ਕੇ ਹਾਜ਼ਰਾਂ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਤੇ ਹਰ ਰੋਜ਼ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਪੰਨੂ ਸਾਹਿਬ ਆਪ ਨਾਲ ਜੁੜਦੇ ਨੇ ਤੇ ਅੱਜ ਵੀ ਪੰਨੂ ਸਾਹਿਬ ਨਾਲ ਨੇ ਤੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਫਿਰ ਖਬਰਾਂ ਦੇ ਉੱਤੇ ਚਰਚਾ ਪੰਨੂ ਸਾਹਿਬ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਸਤਿ ਸ਼੍ਰੀ ਅਕਾਲ ਜੀ ਜੀ ਸ਼ੁਕਰੀਆ ਆਨੰਦਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ ਪੰਨੂ ਸਾਹਿਬ 1 2007 ਦਾ ਮਾਮਲਾ ਟੀਚਿੰਗ ਫੈਲੋਸ਼ਿਪ ਜਿਹੜਾ ਇੱਕ ਤਰੀਕੇ ਦੇ ਨਾਲ ਉਸ ਵੇਲੇ ਭਰਤੀ ਹੋਈ ਸੀ ਉਸ ਨੂੰ ਲੈ ਕੇ ਹੁਣ ਹਾਈ ਕੋਰਟ ਦੇ ਵੱਲੋਂ ਇੱਕ ਤਰੀਕੇ ਨਾਲ ਸਖਤੀ ਉਹ ਦਿਖਾਈ ਗਈ ਹੈ ਇਹ ਪੂਰਾ ਮਾਮਲਾ ਕੀ ਸੀ ਤੇ ਹੁਣ ਇਹ ਸਖਤਾਈ ਦਾ ਕੀ ਤੁਸੀਂ ਕਾਰਨ ਮੰਨਦੇ ਹੋ ਨੰਦਪ੍ਰੀਤ ਜੀ ਇਹ ਮਾਮਲਾ ਇਹੋ ਜਿਹਾ ਜ ਜਦੇ ਨਾਲ ਇਹ ਵੀ ਯਾਦ ਹੁੰਦਾ ਕਿ ਸਾਡੇ ਪੰਜਾਬ ਵਿੱਚ ਬਗਾਨੇ ਪੁੱਤਰਾਂ ਧੀਆਂ ਨਾਲ ਬੇਰੁਜ਼ਗਾਰਾਂ ਨਾਲ ਕਿੰਨਾ ਮਜ਼ਾਕ ਹੁੰਦਾ ਕਿ ਨਾ ਉਹਨਾਂ ਨੂੰ ਸਤਾਇਆ ਜਾਂਦਾ ਇਹ ਵੀ ਯਾਦ ਹੁੰਦਾ ਕਿ ਰਾਜਨੀਤੀ ਕੀ ਚੰਦ ਚੜ੍ਹਦੀ ਆ ਤੇ ਇਹ ਵੀ ਕਿ ਜਿਹੜੀ ਜਾਂਚ ਪੜਤਾਲ ਦੇ ਨਾਂ ਤੇ ਅਫਸਰੀ ਚਾਲਿਆ ਉਹ ਕਿੰਨੀ ਕਸ਼ੁਕਮੇ ਵੜੀ ਐ ਕਿ ਕੋਈ ਕੰਮ ਸਿਰੇ ਨਹੀਂ ਲੱਗਦਾ ਇਹਨਾਂ ਦੇ ਆਪਣੇ ਕੰਮ ਹੋਣ ਤੇ ਰਾਤੋਂ ਰਾਤ 24 ਘੰਟਿਆਂ ਚ ਸਾਰੇ ਕੰਮ ਹੋ ਜਾਂਦੇ ਆ ਮੈਨੂੰ ਯਾਦ ਹੈ ਪੰਜਾਬ ਵਿੱਚ ਇੱਕ ਸਾਧਨੇ ਪਵਾੜਾ ਪਾਇਆ ਹੁੰਦਾ ਸੀ ਉਹਦੇ ਨਾਲ ਸਰਕਾਰ ਨੇ ਸਮਝੌਤਾ ਕਰਨਾ ਸੀ ਸਮਝੌਤਾ ਉਹਦੇ ਜਵਾਈ ਨੇ ਕਰਾਉਣਾ ਸੀ ਜਵਾਈ ਦਾ ਪੈਟਰੋਲ ਪੰਪ ਸੀ 6 ਸਾਲਾਂ ਤੋਂ ਅੜਿਆ ਪਿਆ ਸੀ ਜਿਸ ਦਿਨ ਗੱਲ ਚੱਲੀ ਕਿ ਸਮਝੌਤਾ ਹੋ ਜਾਏਗਾ ਰਾਤੋ ਰਾਤ ਚੰਡੀਗੜ੍ਹ ਤੋਂ ਫਾਈਲ ਬਾਈ ਹੈਂ ਜਲੰਧਰ ਆਈ ਜਲੰਧਰ ਤੇ ਡੀਸੀ ਤੋਂ ਕਰਵਾ ਕੇ ਪੈਟਰੋਲੀਅਮ ਕਾਰਪੋਰੇਸ਼ਨ ਨਾਲ ਗਏ ਉੱਥੋਂ ਕਰਵਾ ਕੇ 24 ਘੰਟਿਆਂ ਦੇ ਅੰਦਰ ਸਾਰਾ ਕੁਝ ਕਰਵਾ ਕੇ ਤੇ ਐਨਓਸੀ ਦੇ ਕੇ ਤੇ ਪੈਟਰੋਲ ਪੰਪ ਕਲੀਅਰ ਕਰ ਦਿੱਤਾ ਗਿਆ ਸੀ ਇਹ ਵੀ ਕੇਸ ਹੈਗਾ ਸੀ ਪੰਜਾਬ ਚ ਹੁਣ ਆ ਜਿਹੜਾ ਮਾਮਲਾ ਟੀਚਿੰਗ ਫੈਲੋਜ਼ ਦਾ ਇਹ 2007 ਦੇ ਵਿੱਚ ਕਾਲੀ ਭਾਜਪਾ ਸਰਕਾਰ ਆਈ ਇਹਨਾਂ ਨੇ ਸਤੰਬਰ ਚ ਆ ਕੇ ਕੰਮ ਸ਼ੁਰੂ ਕੀਤਾ ਐਡ ਦਿੱਤੀ ਗਈ ਕਿ ਅਸੀਂ 10000 ਤੋਂ 2 ਘਟ ਯਾਨੀ 9998 ਟੀਚਿੰਗ ਫੈਲੋ ਭਰਤੀ ਕਰਨੇ ਆ ਟੀਚਰ ਨਹੀਂ ਭਰਤੀ ਕਰਨੇ ਟੀਚਿੰਗ ਫੈਲੋ ਭਰਤੀ ਕਰਨੇ ਆ ਜਿਨ੍ਹਾਂ ਦੀ ਤਨਖਾਹ 4500 ਰੁਪਏ ਮਹੀਨਾ ਹੋਵੇਗੀ ਜੀ ਇਹ ਵੀ ਆਪਣੇ ਆਪ ਚ ਮਜ਼ਾਕ ਹੈ ਕਿ ਉਹਨਾਂ ਨੂੰ 4500 ਰੁਪਏ ਮਹੀਨੇ ਤੇ ਰੱਖਣਾ ਨਾਲ ਉਹਨਾਂ ਤੋਂ ਆਖਿਆ ਗਿਆ ਕਿ ਇੰਨਾ ਇੰਨਾ ਲੰਮੇ ਸਮੇਂ ਦਾ ਤਜਰਬਾ ਸਰਟੀਫਿਕੇਟ ਹੋਵੇ ਕਿ ਤੁਸੀਂ ਕਿਸੇ ਪ੍ਰਾਈਵੇਟ ਸਕੂਲ ਦੇ ਵਿੱਚ ਪ੍ਰਾਇਮਰੀ ਦੀਆਂ ਕਲਾਸਾਂ ਨੂੰ ਪੜਾਇਆ ਇਹਨਾਂ ਨੇ ਰੱਖ ਲੈ 2008 ਵਿੱਚ ਸਿਲੈਕਸ਼ਨ ਹੋ ਗਈ ਆਰਡਰ ਜਾਰੀ ਕਰ ਦਿੱਤੇ ਜਦੋਂ ਇਹਨਾਂ ਨੂੰ ਜਾਇਨਿੰਗ ਲੈਟਰ ਮਿਲ ਗਏ ਇਹਨਾਂ ਚੋਂ ਬਹੁਤ ਸਾਰੇ ਨੇ ਜਾ ਕੇ ਆਪੋ ਆਪਣੀ ਥਾਂ ਤੇ ਡਿਊਟੀ ਸ਼ੁਰੂ ਕਰ ਦਿੱਤੀ ਫਿਰ ਚਿੱਠੀਆਂ ਆਉਣ ਲੱਗ ਪੀਆਂ ਕਿ ਤੁਹਾਡੇ ਵਿੱਚੋਂ ਬਹੁਤ ਸਾਰਿਆਂ ਦੇ ਜਿਹੜੇ ਤਜਰਬਾ ਸਰਟੀਫਿਕੇਟ ਨੇ ਐਕਸਪੀਰੀਅੰਸ ਸਰਟੀਫਿਕੇਟ ਜਿਹੜੇ ਸਕੂਲਾਂ ਤੋਂ ਲੈਂਦੇ ਆ ਉਹ ਝਾਲੀ ਨਿਕਲਿਆ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚੋਂ ਇੱਕ ਕੁੜੀ ਨੇ ਜਾ ਕੇ ਤੇ ਹਾਈ ਕੋਰਟ 'ਚ ਕੇਸ ਕਰਤਾ ਕਿ ਸਾਨੂੰ ਖੱਜਲ ਕੀਤਾ ਜਾ ਰਿਹਾ 2007 'ਚ ਭਰਤੀ ਹੋਈ 2008 ਦੇ ਵਿੱਚ ਜਾਂਚ ਉਹਨਾਂ ਨੂੰ ਮਿਲ ਨੌਕਰੀ ਦਿੱਤੀ ਗਈ 2009 ਦੇ ਵਿੱਚ ਜਦੋਂ ਉਹਨਾਂ ਨੂੰ ਜਾਂਚ ਦੇ ਨਾਂ ਤੇ ਖਜਲ ਕਰਨ ਲੱਗੇ ਤੇ ਆਖਿਆ ਚੰਡੀਗੜ੍ਹ ਆ ਕੇ ਪੇਸ਼ ਹੋ ਉਹ ਹਾਈ ਕੋਰਟ ਚ ਚਲੀ ਗਈ ਤੇ ਉਹਨੇ ਹਾਈ ਕੋਰਟ ਨੇ ਕਹਿਤਾ ਇਹਦੀ ਪੜਤਾਲ ਕਰਾਓ ਉਹ 2009 ਦੇ ਵਿੱਚ ਕਾਲੀ ਭਾਜਪਾ ਸਰਕਾਰ ਸੀ 3 ਸਾਲ ਬਾਅਦ ਫਿਰ ਕਾਲੀ ਭਾਜਪਾ ਸਰਕਾਰ ਆ ਗਈ 2017 ਚ ਕਾਂਗਰਸੀ ਸਰਕਾਰ ਆ ਗਈ 2019 ਚ ਹਾਈ ਕੋਰਟ ਚ ਫਿਰ ਕੇਸ ਗਿਆ ਜੀ 10 ਸਾਲ ਹੋ ਗਏ ਆ ਉਹ ਪੜਤਾਲ ਕਿਸੇ ਪਾਸੇ ਨਹੀਂ ਇਹ ਲੱਗਦੀ ਹਾਈ ਕੋਰਟ ਨੇ ਫਿਰ ਆਖਿਆ ਛੇਤੀ ਕਰਕੇ ਤੇ ਰਿਪੋਰਟ ਦਿਓ ਇਨੀਸ਼ੀਏਟਿਵ 1 2019 ਵੀ ਕਾਂਗਰਸੀ ਸਰਕਾਰ 2021 ਵੀ 22 ਚਾ ਕੇ ਕਾਂਗਰਸੀ ਸਰਕਾਰ ਗੜੋਂ ਲੱਤ ਗਈ ਨਵੀਂ ਸਰਕਾਰ ਆ ਗਈ ਤੇ ਇਸ ਨਵੀਂ ਸਰਕਾਰ ਦੇ ਵਿੱਚ 14 ਮਹੀਨੇ ਲੰਘ ਗਏ ਅਜੇ ਤੱਕ ਉਹ ਜਾਂਚ ਕਿਸੇ ਪਾਸੇ ਲੱਗੀ ਨਹੀਂ ਜੀ ਹੁਣੇ ਪਰਸੋਂ ਇੱਕ ਕੇਸ ਚੱਲ ਗਿਆ ਹਾਈ ਕੋਰਟ ਦੇ ਕੋਲ ਕੱਲ ਕੱਲ ਹਾਈ ਕੋਰਟ ਚੱਲ ਗਿਆ ਹਾਈ ਕੋਰਟ ਨੇ ਆ ਕੇ ਤਮਾਸ਼ਾ ਕੀ ਬਣਾਇਆ ਪਿਆ ਜਾਂਚ ਕਰ ਰਿਹਾ ਵੈ ਵਿਜੀਲੈਂਸ ਬਿਊਰੋ ਇਸ ਵਿਜੀਲੈਂਸ ਬਿਊਰੋ ਦੀ ਜਾਂਚ ਇੰਨੀ ਤੇਜ਼ ਰਫ਼ਤਾਰ ਚੱਲਦੀ ਹੈ ਕਿ ਦਸਾਂ ਸਾਲਾਂ ਚ ਅਜੇ ਤੱਕ ਕਿਸੇ ਪਾਸੇ ਲੱਗੀ ਨਹੀਂ ਇਹ ਬੱਚੇ ਵਿਚਾਰੇ ਜਿਹੜੇ ਉਦੋਂ 4500 ਰੁਪਏ ਮਹੀਨੇ ਦੀ ਨੌਕਰੀ ਵਾਸਤੇ ਇਹ ਤੋਂ ਜ਼ਿਆਦਾ ਤਾਂ ਤੁਸੀਂ ਆਪਣੇ ਘਰ ਤੇ ਦਸੋਗੇ ਇਹਨੂੰ ਪੈਸੇ ਦੇਦਨੇ ਹੋਣੇ ਆ ਕੁੱਕ ਨੂੰ ਰੋਟੀਆਂ ਪਕਾਉਣ ਵਾਲੇ ਨੂੰ ਜਿੰਨੇ ਇਹਨਾਂ ਨੂੰ ਤੁਸੀਂ ਦੇਣੇ ਕੀਤੇ ਆ ਤੇ ਉਹਦੇ ਵਾਸਤੇ ਵੀ 2007 ਚ ਅਪਲਾਈ ਕੀਤਾ 8 ਚ ਨੌਕਰੀ ਮਿਲੀ 9 ਚ ਖੁੱਸ ਗਏ ਉਸ ਤੋਂ ਬਾਅਦ ਅ ਕਿੰਨੇ ਸਾਲ ਤੁਸੀਂ ਗਿਣ ਲਓ 14 ਸਾਲ ਲੰਘ ਗਏ ਤੇ ਅਜੇ ਤੱਕ ਜਾਂਚ ਹੀ ਤੁਹਾਡੇ ਖੇਪਾਸਤੇ ਨਹੀਂ ਲੱਗਦੀ ਥੀ ਤੇ ਉਹਨਾਂ ਬੱਚਿਆਂ ਦੀ ਜ਼ਿੰਦਗੀ ਖਰਾਬ ਕਰਨ ਲਈ ਹੈ ਹੁਣ ਹਾਈ ਕੋਰਟ ਨੇ ਆਰਡਰ ਦਿੱਤਾ ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਨੂੰ ਹੁਣ ਵਾਲੇ ਡਾਇਰੈਕਟਰ ਨੂੰ ਕਿ ਪਿਛਲੇ ਸਮੇਂ ਜੋ ਹੁੰਦਾ ਰਿਹਾ ਜੋ ਨਹੀਂ ਹੁੰਦਾ ਰਿਹਾ ਸਭ ਕੁਝ ਇੱਕ ਪਾਸੇ ਅਗਲੀ ਪੇਸ਼ੀ ਤੇ ਤੁਸੀਂ ਆ ਕੇ ਤੇ ਜਿਹੜੇ ਮਤਲਬ ਇਹ ਸਾਰੇ ਤੱਥ ਸਾਡੇ ਸਾਹਮਣੇ ਰੱਖਣੇ ਆ ਇਹ ਸਾਰਾ ਕੀਤਾ ਕਤਰਿਆ ਪਿਛਲੀਆਂ ਦੋ ਕਾਲੀ ਭਾਜਪਾ ਸਰਕਾਰਾਂ ਇੱਕ ਕਾਂਗਰਸੀ ਸਰਕਾਰ ਦਾ ਤੇ ਇੱਕ ਸਾਲ ਹੋਣ ਵਾਲੀ ਸਰਕਾਰ ਦਾ ਜਿਹੜੀ ਵਿਜੀਲੈਂਸ ਜਾਂਚ ਦੇ ਵਿੱਚ ੜਿੱਕੇ ਪੈਂਦੇ ਰਿਹਾ ਲੇਟ ਹੁੰਦੀ ਰਹੀ ਉਹ ਪਿਛਲੇ ਸਮੇਂ 'ਚ ਹੁੰਦੀ ਰਹੀ ਪਰ ਇਹ ਸਾਰੇ ਦਾ ਸਾਰਾ ਹੁਣ ਵਾਲਾ ਵਿਜੀਲੈਂਸ ਡਾਇਰੈਕਟਰ ਜਿਹੜਾ ਹੋਰ ਕਈ ਛਤਤੀ ਕਿਸਮੀਆਂ ਜਾਂਚ ਪੜਤਾਲਾਂ ਕਰਵਾਉਂਦਾ ਪਿਆ ਉਹਦੇ ਸਿਰ ਪੈ ਜਣੀਆਂ ਕਿ ਉਹ ਆ ਕੇ ਰਿਪੋਰਟ ਕਰੇ ਪਰ ਇਹ ਤੋਂ ਤੁਸੀਂ ਇਹ ਸਾਬ ਲਾ ਸਕਦੇ ਆਂ ਕਿ ਪੰਜਾਬ ਦੇ ਵਿੱਚ ਪ੍ਰਸ਼ਾਸਨ ਕਿੱਦਾਂ ਚੱਲਦਾ ਤੇ ਰਾਜਨੀਤੀ ਕਿੱਦਾਂ ਦੇ ਚੰਦ ਚਾੜਦੀ ਹੈ ਤੇ ਲੋਕਾਂ ਦੇ ਧੀਆਂ ਪੁੱਤਾਂ ਨੂੰ ਕੀ ਸਮਝਿਆ ਜਾਂਦਾ ਜੀ ਬਿਲਕੁਲ ਠੀਕ ਪੰਨ ਸਾਹਿਬ 16 ਕਿ ਸਾਲ ਹੋਏ ਨੇ ਅਜੇ ਲਗਭਗ ਸਰਕਾਰੀ ਜਿਹੜੀ ਉਹ ਇੱਕ ਤਰੀਕੇ ਨਾਲ ਅਫਸਰੀ ਬੋਲੀ ਦੇ ਵਿੱਚ ਕਿ ਕਿਹੜਾ ਕੋਈ ਬਹੁਤਾ ਟਾਈਮ ਹੋਇਆ ਪਰ ਪੰਨੂ ਸਭ ਜਾਂਚ ਇੱਕ ਹੋਰ ਦਾ ਵੀ ਜ਼ਿਕਰ ਹੋ ਰਿਹਾ ਉਹ ਹੈ ਕਿ ਜੀ ਪੰਜਾਬ ਦੇ ਟਰਾਂਸਪੋਰਟਰ ਪਿਛਲੇ ਸਮੇਂ ਦੌਰਾਨ ਉਹਨਾਂ ਨੂੰ ਟੈਕਸ ਦੇ ਵਿੱਚ ਛੂਟ ਵੀ ਦਿੱਤੀ ਗਈ ਤੇ ਉਸ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਕਹਿੰਦੀ ਅਸੀਂ ਜਾਂਚ ਕਰਾਵਾਂਗੇ ਕਿ ਦੇ ਕਿਨੇ ਦਿੱਤੀ ਤੇ ਕਿਉਂ ਦਿੱਤੀ ਇਹ ਪੰਨੂ ਸਭ ਕੀ ਗੋਗਲ ਨੂੰ ਤੇ ਮਿੱਟੀ ਛਾੜਨ ਵਾਲਾ ਕੰਮ ਨਹੀਂ ਜਾਂ ਵਾਰ-ਵਾਰ ਪੁਰਾਣੀਆਂ ਜਾਂਚਾਂ ਦੇ ਸਿਰੇ ਤੋਂ ਕੀ ਕੱਟ ਸਕਦੀ ਹੈ ਨਵੀਂ ਸਰਕਾਰ ਦੇਖੋ ਇਹ ਕਈ ਕਿਸਮ ਦੇ ਕਾਲੇ ਮਲੇ ਚੱਲਦੇ ਰਿਹਾ ਤੁਸੀਂ ਆ ਟੋਲ ਪਲਾ ਜਾਂਦਾ ਨਹੀਂ ਵੇਖਾ ਜਦੋਂ ਮਰਜ਼ੀ ਜਾ ਕੇ ਅਰਜੀ ਦੇ ਦਿੰਦੇ ਇੰਨੇ ਦਿਨ ਜੀ ਟੋਲ ਪਲਾਜ਼ਾ ਬੰਦ ਰਿਹਾ ਇਸ ਕ ਸਾਨੂੰ ਇੰਨੇ ਦਿਨਾਂ ਦੇ ਬਜਾਏ ਇੰਨੇ ਹਫ਼ਤੇ ਹੋਰ ਜਾਂ ਇੰਨੇ ਮਹੀਨੇ ਹੋਰ ਚਲਾਉਣ ਦੀ ਆਗਿਆ ਦਿੱਤੀ ਜਾਵੇ ਤੇ ਪਿਛਲੀਆਂ ਸਰਕਾਰਾਂ ਦੇ ਦਿੰਦੀਆਂ ਸੀ ਸਿੱਧਾ ਜਿਹਾ ਸੌਦਾ ਹੁੰਦਾ ਸੀ ਕਿ ਇੰਨੇ ਦਿਨ ਜੇ ਤੁਹਾਨੂੰ ਦਿੱਤੇ ਗਏ ਇੰਨੀ ਕਵਾਈ ਹੋਈ ਤੇ ਉਹ ਚੋਂ ਐਕਸਟੈਂਸ਼ਨ ਦੇਣ ਵਾਲੇ ਜਿਹੜੇ ਜਿਹਾ ਦਬਾਉਣ ਵਾਲੇ ਉਹਨਾਂ ਦਾ ਇਨਾ ਹਿੱਸਾ ਹੋਊਗਾ ਉਹੀ ਕੰਮ ਇਹ ਟਰਾਂਸਪੋਰਟਾਂ ਦੇ ਮਾਮਲੇ ਚੱਲਦਾ ਰਿਹਾ ਇਹ ਪਿਛਲੇ 20-22 ਸਾਲਾਂ ਤੋਂ ਚੱਲਦਾ ਕਾਲੀ ਭਾਜਪਾ ਸਰਕਾਰਾਂ ਚ ਵੀ ਚੱਲਿਆ ਕਾਂਗਰਸੀ ਸਰਕਾਰਾਂ ਚ ਵੀ ਚੱਲਿਆ ਜਿਹੜਾ ਤਾਜ਼ਾ ਕੇਸ ਹੈ ਉਹ ਰਹਾ ਕਿ 2019 ਦੇ ਵਿੱਚ ਕੁਝ ਟਰਾਂਸਪੋਰਟ ਕੰਪਨੀਆਂ ਨੂੰ ਪੰਜਾਬ ਦੇ ਵਿੱਚ ਵੱਖ-ਵੱਖ ਕਾਰਨਾ ਕਰਕੇ ਤੇ ਟੈਕਸ ਦੀ ਛੋਟ ਦਿੱਤੀ ਗਈ। ਹੈਰਾਨੀ ਦੀ ਗੱਲ ਇਹ ਆ ਕਿ ਕਰੋਨਾ ਪੰਜਾਬ ਵਿੱਚ ਆਇਆ ਮਾਰਚ 2020 ਚ 2019 ਚ ਛੋਟ ਦੇ ਦਿੱਤੀ ਗਈ ਇੱਕ ਕੰਪਨੀ ਨੂੰ 3 ਕਰੋੜ ਤੋਂ ਵੱਧ ਦੀ ਤੇ ਆਖਿਆ ਜੀ ਕਰੋਨਾ ਦੀ ਬਿਮਾਰੀ ਦਾ ਕਰਕੇ ਛੋਟ ਦਿੱਤੀ ਗਈ ਕਾਰੋਬਾਰ ਨਹੀਂ ਚੱਲ ਸਕਿਆ। 2019 ਚ ਕਿਹੜਾ ਕਰੋਨਾ ਸੀ? ਇਦਾਂ ਦੀਆਂ ਕਹਾਣੀਆਂ ਵੀ ਪਈਆਂ ਨੇ। ਇਹ ਸਾਰਾ ਮਾਮਲਾ ਜਦੋਂ ਸਾਹਮਣੇ ਆਇਆ ਤੇ ਫਿਰ ਜਿਹੜੇ ਪਹਿਲਾਂ ਡਿਸਟ੍ਰਿਕਟ ਟ੍ਰਾਂਸਪੋਰਟ ਅਫਸਰ ਹੁੰਦੇ ਸੀ ਡੀਟੀਓ ਅੱਜਕੱਲ ਉਹਨਾਂ ਨੂੰ ਰੀਜਨਲ ਟ੍ਰਾਂਸਪੋਰਟ ਅਥਾਰਟੀ ਕਹਿੰਦੇ ਆ ਆਰਟੀਏ ਇੱਕ ਆਰਟੀਏ ਇਸ ਮਾਮਲੇ 'ਚ ਸਸਪੈਂਡ ਕੀਤਾ ਜਾ ਚੁੱਕਾ ਤੇ ਉਹਦੇ ਉੱਤੇ ਕੇਸ ਬਣ ਚੁੱਕਾ ਉਹਦੀ ਪੜਤਾਲ ਵੱਖਰੇ ਤੌਰ ਤੇ ਚੱਲਦੀ ਪਈ ਹੈ ਕੀ ਸਾਹਮਣੇ ਆਵੇਗਾ ਕੀ ਨਹੀਂ ਆਵੇਗਾ ਇਹ ਅਜੇ ਕੋਈ ਪਤਾ ਨਹੀਂ ਕਿਉਂਕਿ ਪੜਤਾਲ ਤੇ ਜਿੱਦਾਂ ਚੱਲਦੀ ਹੁੰਦੀ ਆ ਅਸੀਂ ਹੁਣੇ ਟੀਚਿੰਗ ਫੈਲੋ ਦੇ ਮਾਮਲੇ 'ਚ ਵੇਖ ਘਟਿਓਂ ਦੀ ਗੱਲ ਕਰਕੇ ਹੀ ਹਟਿਓਣੇ ਅਜੇ ਹੁਣ ਦੂਸਰੀ ਗੱਲ ਕੀ ਆ ਇਹਦੇ 'ਚ ਉਹਨਾਂ ਵਾਲੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਆਖਿਆ ਕਿ ਇਹਦੀ ਸਾਰੇ ਦੀ ਪੜਤਾਲ ਕਰਾ ਕੇ ਦੱਸੋ ਕਿ ਇਹਨਾਂ ਲੋਕਾਂ ਨੂੰ ਜਿਹੜੀਆਂ ਟੈਕਸ ਦੀਆਂ ਛੋਟਾਂ ਮਿਲੀਆਂ ਉਹ ਕਿਉਂ ਮਿਲੀਆਂ ਕਦ ਦੇ ਲਈ ਮਿਲੀਆਂ ਕਿਹੜੇ ਆਧਾਰ ਤੇ ਮਿਲੀਆਂ ਕਿਹੜੇ ਅਫਸਰਾਂ ਨੇ ਦਿੱਤੀਆਂ ਤੇ ਕਿਹੜੇ ਲੀਡਰਾਂ ਨੇ ਉਹਨਾਂ ਤੋਂ ਕਹਿ ਕੇ ਦਵਾਈਆਂ ਬਹੁਤਾ ਕਰਕੇ ਤੁਸੀਂ ਵੇਖ ਲਓ ਲੀਡਰ ਕਿਸੇ ਦਾ ਨਾਂ ਨਹੀਂ ਹੋਣਾ ਕਿਉਂਕਿ ਸਾਬਤ ਨਹੀਂ ਹੁੰਦਾ ਜਿਹੜੀ ਪੋਲੀਟੀਕਲ ਲੀਡਰਸ਼ਿਪ ਆ ਉਹ ਅਫਸਰਾਂ ਨੂੰ ਸੱਦ ਕੇ ਤੇ ਕੰਨ ਚ ਫੂਕ ਮਾਰਦੀ ਹੁੰਦੀ ਫਲਾਣ ਨੂੰ ਇੰਨੀ ਛੋਟ ਦੇ ਦਿਓ ਅਗਲਾ ਕੰਮ ਅਫਸਰਾਂ ਦਾ ਕਿ ਨਿਜਮਾ ਕਾਨੂੰਨਾਂ ਨੂੰ ਵੇਖਣ ਕਿ ਛੋਟ ਤੇ ਨਹੀਂ ਬਣਦੀ ਵੀ ਹੈ ਕਿ ਨਹੀਂ ਬਣਦੀ ਅਸੀਂ ਜੇ ਕੱਲ ਨੂੰ ਇਹੋ ਜਿਹੀ ਛੋਟ ਦੇ ਬਿਟੇ ਤੇ ਮੁੜ ਕੇ ਜਾਂਚ ਪੜਤਾਲ ਹੋਈ ਤੇ ਦੂਸਰੇ ਦੀ ਕਬਰ ਚ ਕੋਈ ਨਹੀਂ ਪੈਂਦਾ ਹੁੰਦਾ ਫਸਟਨਾ ਤੇ ਫਿਰ ਅਸੀਂ ਆ ਅਸੀਂ ਲੀਡਰਾਂ ਦੇ ਕਹਿਣ ਦੇ ਉੱਤੇ ਇਹੋ ਜਿਹਾ ਪੁੱਠਾ ਕੰਮ ਕਿਉਂ ਕਰਦੇ ਆ ਜਿਹੜਾ ਕੱਲ ਨੂੰ ਅਸੀਂ ਸਾਬਤ ਨਾ ਕਰ ਸਕੀ ਪਰ ਹੁੰਦਾ ਇਹ ਰਿਹਾ ਕਿ ਲੀਡਰ ਜਿਹੜੇ ਕੰਨ ਚ ਫੂਕ ਮਾਰਦੇ ਸੀ ਉਹਦੇ ਚ ਇਹ ਅਗਲੇ ਪਾਸੇ ਭੱਜ ਤੁਰਦੇ ਸੀ ਲੋ ਜੀ ਹੁਣੇ ਕਰਦੇ ਉਹਦਾ ਅਸਲ ਕਾਰਨ ਇਹ ਸੀ ਕਿ ਇਹੋ ਜੀਆਂ ਕਮਾਈਆਂ ਜਿਹੜੀਆਂ ਹੁੰਦੀਆਂ ਸੀ ਉਹ ਕਮਾਈਆਂ ਨਾ ਕੱਲੇ ਲੀਡਰ ਵੰਡਦੇ ਸੀ ਨਾ ਕੱਲੇ ਅਫਸਰ ਵੰਡਦੇ ਸੀ ਸਾਰੀਆਂ ਮਿਲ ਬਲਾ ਕੇ ਵੰਡੀਆਂ ਬਣਾਈਆਂ ਜਾਂਦੀਆਂ ਸੀ ਹਿਸਾਬ ਪੱਤੀ ਚੱਲਦੀ ਸੀ ਹੁਣ ਤੁਸੀਂ ਹਿਸਾਬ ਲਾਓ ਕਿ ਜਿਹੜੀ ਇੱਕੋ ਕੰਪਨੀ ਨੂੰ 3 ਕਰੋੜ ਰੁਪਏ ਤੋਂ ਵੱਧ ਦੀ ਟੈਕਸਾਂ ਦੀ ਛੋਟ ਦਿੱਤੀ ਉਹਨੇ ਜੇ 3 ਕਰੋੜ ਦੀ ਟੈਕਸ ਛੋਟ ਦਿੱਤੀ ਆ ਤੇ ਅਸਲ ਵਿੱਚ ਉਹਨੂੰ 1.5 ਕਰੋੜ ਦੀ ਛੋਟ ਦਿੱਤੀ ਹੋਗੀ 2 ਕਰੋੜ ਜਿਹੜਾ ਉਹਦੀ ਛੋਟ ਦੇ ਨਾਂ ਦੇ ਉੱਤੇ ਅਫਸਰਾਂ ਨੇ ਤੇ ਮੰਤਰੀ ਨੇ ਆਕਾਦਾ ਹੋਵੇਗਾ ਜੇ ਇੱਕ ਕੰਪਨੀ ਨੂੰ ਇੰਨੀ ਐ ਤੇ ਬਾਕੀਆਂ ਨੂੰ ਕਿੰਨੀ ਕਿੰਨੀ ਛੋਟ ਹੋਵੇਗੀ ਇੱਥੇ ਪੰਜਾਬ ਵਿੱਚ ਕਈ ਕੰਪਨੀਆਂ ਟਰਾਂਸਪੋਰਟ ਕੰਪਨੀਆਂ ਨੇ ਇੰਨੀ ਅੰਨੀ ਕਿ ਇੱਕ ਇੱਕ ਪਰਮਿਟ ਦੇ ਉੱਤੇ 10-10 ਬੱਸਾਂ ਚੱਲਦੀਆਂ ਨਹੀਂਆਂ ਦੋ ਤਿੰਨ ਮੁੱਕ ਕੇ ਇਹੋ ਜਿਹੀ ਆ ਗਏ ਕਿ ਇੱਕੋ ਨੰਬਰ ਵਾਲੀਆਂ ਚਾਰ ਬੱਸਾਂ ਵੀ ਫੱੜੀਆਂ ਗਈਆਂ ਇੱਕ ਕੰਪਨੀ ਦਾ ਤੇ ਰੌਲਾ ਵੀ ਬਹੁਤ ਪਿਆ ਸੀ ਕਿ ਇੱਕੋ ਨੰਬਰ ਦੀਆਂ ਚਾਰ ਬੱਸਾਂ ਉਹਦੀਆਂ ਚੱਲਦੀਆਂ ਔਰ ਚਾਰੇ ਬੱਸਾਂ ਇੱਕੋ ਥਾਂ ਤੇ ਇਕੱਠੀਆਂ ਹੋ ਗਈਆਂ ਰੌਲਾ ਪੈ ਗਿਆ ਇੱਥੇ ਇਹ ਵੀ ਹੁੰਦਾ ਕਿ ਉਸੇ ਨੰਬਰ ਦੀ ਇੱਕ ਬੱਸ ਅੰਮ੍ਰਿਤਸਰ ਤੋਂ ਇਧਰ ਨੂੰ ਲੁਧਿਆਣਾ ਨੂੰ ਤੁਰ ਜਾਂਦੀ ਹੈ ਤੇ ਜਦੋਂ ਉਹ ਅਜੇ ਬਿਆਸ ਤੱਕ ਆਉਂਦੀ ਹੈ ਉਹਨੇ ਚੰਨੋਂ ਪਠਾਨਕੋਟ ਤੋਂ ਆਈ ਉਸੇ ਨੰਬਰ ਦੀ ਬੱਸ ਅੰਮ੍ਰਿਤਸਰ ਦੇ ਅੱਡੇ 'ਚ ਆ ਜਾਂਦੀ ਹੈ ਉਹ ਤੋਂ ਅੰਮ੍ਰਿਤਸਰ ਦੇ ਅੱਡੇ ਤੋਂ ਭਰ ਕੇ ਤੇ ਫਰੀਦਕੋਟ ਤੋਂ ਅੱਗੇ ਨਿਕਲ ਜਾਂਦੀ ਆ ਤੇ ਓਨੇ ਚੰਦੋਂ ਅਟਾਰੀ ਤੋਂ ਆਈ ਉਸੇ ਨੰਬਰ ਦੀ ਇੱਕ ਬੱਸ ਹੋਰ ਇੱਥੋਂ ਆ ਕੇ ਤੇ ਪਰੇ ਬਟਾਲੇ ਨੂੰ ਨਿਕਲ ਜਾਂਦੀ ਆ ਇੱਕ ਇੱਕ ਨੰਬਰ ਦੀਆਂ 4-4 ਬੱਸਾਂ ਵੀ ਜਿਹੜੇ ਇਹ ਟਰਾਂਸਪੋਰਟਰ ਚਲਾਉਂਦੇ ਰਹਿ ਉਹ ਆਪਣੇ ਆਪ ਤੇ ਨਹੀਂ ਚਲਾ ਸਕਦੇ ਉਹਨਾਂ ਦੇ ਨਾਲ ਕੋਈ ਨਾ ਕੋਈ ਜਿਹੜਾ ਆਮ ਮੁਹਾਵਰਾ ਕਿ ਚੋਰ ਕੁੱਤੀ ਰਲ ਜਾਂਦੇ ਆ ਉਹ ਚੋਰ ਕੁੱਤੀ ਰਲਣ ਕਰਕੇ ਸਾਰਾ ਕੁਝ ਸੰਭਵ ਹੁੰਦਾ ਰਿਹਾ ਤੇ ਇਸੇ ਚੱਕਰ ਦੇ ਵਿੱਚ ਟਰਾਂਸਪੋਰਟਰਾਂ ਨੂੰ ਜਿਹੜੀਆਂ ਟੈਕਸ ਦੀਆਂ ਕਰੋੜਾਂ ਰੁਪਈਆ ਦੀਆਂ ਛੋਟਾਂ ਦਿੱਤੀਆਂ ਜਾਂਦੀਆਂ ਰਹੀਆਂ ਸੀ ਉਹ ਉਹਨਾਂ ਦੀ ਹੋਣ ਲੱਗੀ ਆ ਪੜਤਾਲ ਮੈਨੇ ਸਮਝਦਾ ਕਿ ਪੜਤਾਲ ਦੇ ਸਾਰਾ ਸੱਚ ਸਾਹਮਣੇ ਆ ਜਾਵੇਗਾ ਕਿਉਂਕਿ ਸਾਡੇ ਪੰਜਾਬ ਵਿੱਚ ਸਾਡੇ ਭਾਰਤ ਵਿੱਚ ਕਦੇ ਵੀ ਕਿਸੇ ਪੜਤਾਲ ਵਿੱਚ ਅੱਜ ਤੱਕ ਪੂਰਾ ਸੱਚ ਸਾਹਮਣੇ ਆਇਆ ਹੀ ਨਹੀਂ ਤੇ ਇਹਦਾ ਕਿਦਾਂ ਆ ਜਾਵੇਗਾ ਪਰ ਇੱਕ ਗੱਲ ਪੱਕੀ ਆ ਕਿ ਇਹਦੇ ਨਾਲ ਲੋਕਾਂ ਸਾਹਮਣੇ ਆ ਜਾਵੇਗਾ ਕਿ ਸਾਡੇ ਪੰਜਾਬ ਦੇ ਵਿੱਚ ਪਿਛਲੇ ਸਮਿਆਂ ਦੇ ਵਿੱਚ ਟਰਾਂਸਪੋਰਟ ਡਿਪਾਰਟਮੈਂਟ ਵਿੱਚ ਕੀ ਕੁਝ ਹੁੰਦਾ ਰਿਹਾ ਖਾਸ ਕਰਕੇ ਆ 2019 ਤੋਂ ਲੈ ਕੇ ਜਿਹੜਾ ਵੀ ਕੋਈ ਟਰਾਂਸਪੋਰਟ ਡਿਪਾਰਟਮੈਂਟ ਦਾ ਉਸ ਵਕਤ ਟਰਾਂਸਪੋਰਟ ਮੰਤਰੀ ਸੀ ਪੰਜਾਬ ਦਾ ਉਹਨੂੰ ਇਸ ਗੱਲ ਦਾ ਜਵਾਬ ਦੇਣਾ ਪਵੇਗਾ ਕਿਹੜੀਆਂ ਨੇ ਟੈਕਸ ਉਹ ਤਾਂਆਂ ਦੀਆਂ ਦਿੱਤੀਆਂ ਜਾਂਦੀਆਂ ਨਹੀਂ ਅਸੀਂ ਉਹ ਕਿਹੜੇ ਬੇਸ ਤੇ ਦਿੱਤੀਆਂ ਜਾਂਦੀਆਂ ਸੀ ਜਿਹੜੇ ਆਰਟੀਆ ਦਿੰਦੇ ਸੀ ਲੀਨਰ ট্রান্সਪੋਰਟ ਅਥਾਰਟੀ ਉਹ ਕਿਹਨੂੰ ਪੁੱਛ ਕੇ ਦਿੰਦੇ ਸੀ ਕਿ ਮਸਲਾ ਸਾਹਮਣੇ ਆ ਸਕਦਾ ਜੀ ਬਿਲਕੁਲ ਠੀਕ ਹੈ ਪੰਨੂ ਸਾਹਿਬ ਤਾਂ ਦੇਖਦੇ ਆ ਕਿ ਇਹ ਮਸਲਾ ਕਦੋਂ ਕ ਜਾ ਕੇ ਜਿਹੜਾ ਉਹ ਹੱਲ ਹੁੰਦਾ ਹੈਗਾ ਪਰ ਪੰਨੂ ਸਾਹਿਬ ਲੁਧਿਆਣਾ ਦੇ ਵਿੱਚ ਗੈਸ ਪਲਾਂਟ ਦੇ ਵਿੱਚ ਇੱਕ ਜਿਹੜਾ ਦਰਦਨਾਕ ਹਾਦਸਾ ਵਾਪਰਿਆ ਉਸ ਤੋਂ ਬਾਅਦ ਹੁਣ ਉਸ ਮਾਮਲੇ ਦੇ ਉੱਤੇ ਕੈਸ ਆਈਟੀ ਵੀ ਬਣਾਈ ਹੈ ਪਰ ਇਸ ਮਾਮਲੇ ਦੇ ਵਿੱਚ NGT ਹੁਣ ਸਿੱਧੇ ਤੌਰ ਦੇ ਉੱਤੇ ਸ਼ਾਮਲ ਹੋ ਰਹੀ ਹੈ। ਤੁਹਾਨੂੰ ਸਭ NGT ਦੇ ਸਿੱਧੇ ਤੌਰ ਦੇ ਉੱਤੇ ਸ਼ਾਮਲ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਇਹਦੇ ਨਾਲ ਕੁਝ ਨਤੀਜੇ ਨੇ ਜਿਹੜੇ ਜਾਂਚ ਦੇ ਵਿੱਚ ਕੁਝ ਹੋਰ ਨਿਕਲ ਕੇ ਆ ਸਕਦੇ ਨੇ, ਸਿੱਟੇ ਕੁਝ ਹੋਰ ਸਾਹਮਣੇ ਆ ਸਕਦੇ ਨੇ? ਤੁਹਾਨੂੰ ਕੀ ਲੱਗਦਾ ਜੀ? ਮੈਂ ਕੱਲ ਦੇ ਪ੍ਰੋਗਰਾਮ ਚ ਵੀ ਦੱਸਿਆ ਸੀ ਕਿ ਸਮਝਿਆ ਜਾਂਦਾ ਕਿ ਥੋੜੀ ਬਹੁਤ ਕਿਣਮਣ ਦਾ ਲਾਭ ਲੈ ਕੇ ਤੇ ਕਿਸੇ ਨੇੜਲੀ ਫੈਕਟਰੀ ਵਾਲੇ ਨੇ ਅਚਾਨਕ ਆਪਣੀ ਫੈਕਟਰੀ ਦੇ ਅੰਦਰੋਂ ਜਿਹੜਾ ਗੰਧ ਸੀਗਾ ਕੈਮੀਕਲ ਸੀ ਸਾਰਾ ਉਹ ਚ ਸੁੱਟ ਦਿੱਤਾ। ਉਹਦੇ ਅੰਦਰ ਗੈਸ ਬਣਦੀ ਰਹੀ। ਫਿਰ ਲੱਗੇ ਇੱਕ ਹੋ ਡੇਰੀ ਵਾਲਾ ਸੋਹੇ ਲੱਗੇ ਪਾਣੀ ਇਕੱਠਾ ਹੋਇਆ ਸੀ ਉਹਨੇ ਆਖਿਆ ਥੋੜਾ ਜਿਹਾ ਇੱਕ ਨੁੱਕਰ ਤੋਂ ਢੱਕਣ ਚੁੱਕ ਦਿਓ ਪਾਣੀ ਇਹ ਚ ਚਲ ਜਾਓ ਨਿਕਲ ਜਾਓ ਉਹਨੇ ਢੱਕਣ ਚੁੱਕਿਆ ਤੇ ਵਿੱਚੋਂ ਸਾਰੀ ਗੈਸ ਇੱਕਦਮ ਆਈ ਉਹ ਡੇਰੀ ਵਾਲਾ ਵੀ ਮਰ ਗਿਆ ਲੱਗਲੇ ਡਾਕਟਰ ਦੇ ਪਰਿਵਾਰ ਦੇ ਪੰਜ ਜੀ ਮਰ ਗਏ ਜਿਹੜਾ ਉਧਰ ਆਉਂਦਾ ਗਿਆ ਮਰਦਾ ਗਿਆ 11 ਮੌਤਾਂ ਹੋ ਗਈਆਂ 10 ਤੋਂ ਬਾਅਦ ਉੱਥੇ ਪੀੜਤ ਨੇ ਹਸਪਤਾਲਾਂ ਚ ਪਹੁੰਚੇ ਉਦੋਂ ਹੀ ਰਿਪੋਰਟ ਆ ਗਈ ਸੀ ਕਿ ਇਹ ਜਿਹੜੀ ਗੈਸ ਹੈ ਇਹਦਾ ਫੇਫੜਿਆਂ ਤੇ ਅਸਰ ਨਹੀਂ ਹੋਇਆ ਸਾਰਿਆਂ ਨੇ ਜਾ ਕੇ ਦਿਮਾਗ ਨੂੰ ਸੁਣ ਕਰਦੀਏ ਬਾਅਦ ਚ ਪਤਾ ਲੱਗਾ ਕਿ ਗੈਸ ਹਾਈਡਰੋਜਨ ਸਲ ਹੁਣ ਇਹੋ ਹੀ ਆ ਜੇ ਹੋਰ ਅਜੇ ਤਾਂ ਵੀ ਬਾਅਦ ਵਿੱਚ ਪਤਾ ਲੱਗੇਗਾ ਇਹਦੇ ਬਾਰੇ ਹੁਣ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਟੀਮਾਂ ਵੀ ਇੱਥੇ ਸ਼ਾਮਲ ਹੋ ਗਈਆਂ ਨੇ ਅੱਜ ਜਿਹੜੀਆਂ ਰਿਪੋਰਟਾਂ ਆਈਆਂ ਉਹਨਾਂ ਤੋਂ ਪਤਾ ਲੱਗਾ ਕਿ ਇੱਕੋ ਵਕਤ 1 ਨੇ 2 ਨੇ 3 ਨੇ 4 ਕਿਸਮ ਦੀ ਜਾਨ ਚਲਦੀ ਪਈ ਹੈ ਇੱਕ ਤਾਂ ਜਿਹੜਾ ਸਿਵਲ ਪ੍ਰਸ਼ਾਸਨ ਆ ਉਹਨਾਂ ਨੇ ਡਿਪਟੀ ਕਮਿਸ਼ਨਰ ਨੇ ਮੈਜਿਸਟ੍ਰੇਟ ਦੀ ਜਾਂਚ ਦੇ ਆਰਡਰ ਕੀਤੇ ਆ ਜਿਹਨੂੰ ਮੈਜਿਸਟ੍ਰੀਅਲ ਇਨਕੁਆਇਰੀ ਕਹਿੰਦੇ ਆ ਦੂਸਰੇ ਪਾਸੇ ਲੁਧਿਆਣੇ ਦੇ ਪੁਲਿਸ ਕਮਿਸ਼ਨਰ ਸਾਹਿਬ ਨੇ ਆਪਣੇ ਜਿਹੜੇ ਇੱਕ डीसीपी इन्वेस्टिगेशन है ओना दी ड्यूटी ਲਈ ਉਹਨਾਂ ਦੇ ਨਾਲ ਟੀਮ ਬਣਾਤੀ ਐ एसआईटी ਇੱਕ ਵਿਸ਼ੇਸ਼ ਜਾਂਚ ਟੀਮ ਜਿਹੜੀ ਇਹਦੀ ਪੜਤਾਲ ਕਰੂਗੀ ਤੀਸਰੇ ਪਾਸਿਓਂ ਪ੍ਰਦੂਸ਼ਣ ਕੰਟਰੋਲ ਬੋਰਡ ਪੰਜਾਬ ਦਾ ਉਹਨਾਂ ਦੀ ਟੀਮ ਆ ਗਈ ਆ ਤੇ ਉਹਦੇ ਨਾਲ ਹੀ ਦਿੱਲੀ ਤੋਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਬਣਾਣ ਦੀ ਵੀ ਟੀਮ ਆ ਉਹ ਵੀ ਆ ਗਈ ਆ ਹੁਣ ਸਵਾਲ ਇਹ ਉੱਠਦਾ ਕਿ ਐਸ ਵੇਲੇ ਤਾਂ ਸਾਰੇ ਤਰ੍ਹਾਂ ਪਏ ਨਾ ਤਾਂ ਇਹ ਡਿਸਟ੍ਰਿਕਟ ਮੈਜਿਸਟ੍ਰੇਟ ਦਾ ਡਿਪਟੀ ਕਮਿਸ਼ਨਰ ਦਾ ਕੰਮ ਸੀ ਨਾ ਇਹ ਪੁਲਿਸ ਦਾ ਕੰਮ ਸੀ ਇੱਕ ਕਮ ਸੀ ਪੰਜਾਬ ਦੇ ਇੰਡਸਟਰੀ ਡਿਪਾਰਟਮੈਂਟ ਦਾ ਨੰਬਰ 1 ਨੰਬਰ 2 ਸੀ ਸੀਵਰੇਜ ਬੋਰਡ ਦਾ ਨੰਬਰ 3 ਸੀ ਪੰਜਾਬ ਦੇ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਤੇ ਇਹਨਾਂ ਸਾਰਿਆਂ ਤੋਂ ਉੱਪਰ ਫਿਰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਇਹਨਾਂ ਸਾਰਿਆਂ ਨੇ ਅਜੇ ਤੱਕ ਕਦੇ ਆ ਕੇ ਚੈੱਕ ਕਿਉਂ ਨਹੀਂ ਕੀਤਾ ਕਿ ਕੀ ਹੁੰਦਾ ਲੋਕ ਤਾਂ ਬਾਡੀ ਬਾਡੀ ਕਰਦੇ ਆ ਲੋਕ ਤਾਂ ਇਸ ਗੱਲ ਤੇ ਵੀ ਪਿੱਟਦੇ ਆ ਇਹ ਗੜ ਸ਼ੰਕਰ ਤੋਂ ਲੈ ਕੇ ਮਾਰਪੁਰ ਦੇ ਰਾਹ ਦੇ ਵਿੱਚ ਵੀ ਇੱਕ ਫੈਕਟਰੀ ਆ ਜਿਹੜੀ ਤੀਜੇ ਚੌਥੇ ਦਿਨ ਆਪਣੇ ਫੈਕਟਰੀ ਦਾ ਗੰਧ ਉੱਥੋਂ ਜਾ ਕੇ ਦੂਰੋਂ ਪਾਈਪਾਂ ਪਾ ਕੇ ਇੱਕ ਨਾਲੇ 'ਚ ਸੁੱਟਦਾ ਤੇ ਸੁੱਟਦੀ ਆ ਤੇ ਉਹ ਨਾਲੇ ਦਾ ਗੰਦਾ ਪਾਣੀ ਤਜਾਬੀ ਪਾਣੀ ਆ ਜਲੰਧਰ ਜਿਹੜੀ ਫਗਵਾੜੇ ਦੇ ਉਰਲੇ ਪਾਸੇ ਹਵੇਲੀ ਇੱਥੋਂ ਤੱਕ ਆਉਂਦਾ ਤੇ ਇਹ ਦਊਗਾ ਉਹ ਕਿੱਥੋਂ ਤੱਕ ਕਾਲਾ ਸੰਘਿਆ ਤੱਕ ਜਾਂਦਾ ਪਿਆ ਗੰਧ ਜਾ ਰਿਹਾ ਇਹ ਇਦਾਂ ਦੇ 10 ਥਾਵਾਂ 'ਚ ਹੋਰ ਗਣ ਸਕਦਾ ਜਿੱਥੇ ਇਹੋ ਆ ਆ ਜੀਰੇ ਦੀ ਜਿਹੜੀ ਸ਼ਰਾਬ ਫੈਕਟਰੀ ਦਾ ਰੋਲਾ ਪਿਆ ਉੱਥੇ ਵੀ ਕਾਰਨ ਇਹੋ ਸੀ ਇਹਦੇ ਉੱਤੇ ਕਦੇ ਜੁਨੀਆ ਵੀ ਕੋਈ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਆਵੇ ਕੋਈ ਕਿਸੇ ਹੋਰ ਦੀ ਆਵੇ ਉਹ ਆ ਕੇ ਕਹਿੰਦੇ ਜੀ ਸਾਰਾ ਕੁਝ ਸਾਫ਼-ਸੋਪਾ ਲੋਕੀ ਮੇਲੋੜੇ ਰੋੜਾ ਪਾਉਂਦੇ ਹੁਣ ਸਵਾਲ ਇਹ ਆ ਕਿ ਜਿਹੜਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਲਿਆ ਜਦੋਂ ਸਾਰੀ ਦੁਨੀਆ ਦੇ ਵਿੱਚ ਰੋੜਾ ਪੈਂਦਾ ਪਿਆ ਕਿ ਸਭ ਤੋਂ ਵੱਧ ਟੈਕਸ ਦੇਣ ਵਾਲਾ ਸਭ ਤੋਂ ਵੱਧ ਰੋਜ਼ਗਾਰ ਦੇਣ ਵਾਲਾ ਲੁਧਿਆਣਾ ਚਰ ਐਸ ਵੇਲੇ ਪ੍ਰਦੂਸ਼ਣ ਦਾ ਘਰ ਬਣਿਆ ਪਿਆ ਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਹੁਣ ਤੱਕ ਆ ਕੇ ਇੱਥੇ ਕਦੇ ਚੈੱਕ ਕਰਨ ਦੀ ਲੋੜ ਕਿਉਂ ਨਹੀਂ ਸਮਝੀ ਸਾਡਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਸੀਂ ਉਹਦਾ ਦੋਸ਼ ਕੱਢਦੇ ਆ ਕਿ ਇਹਨਾਂ ਨੇ ਕੀਤਾ ਕੀ ਕਰਦੇ ਕੱਖ ਨਹੀਂ ਪਰ ਉਹਨਾਂ ਦਾ ਦੋਸ਼ ਘਟਿਆ ਅਗਲਾ ਸਵਾਲ ਇਹ ਆ ਕਿ ਉਹ ਕਰਨ ਉਹਨਾਂ ਨੂੰ ਕੌਣ ਦਿੰਦਾ ਸਾਨੂੰ ਇਹ ਯਾਦ ਹੈ ਕਿ ਇੱਕ ਵਾਰੀ ਉੱਥੋਂ ਆਈ ਇੱਕ ਟੀਮ ਉਹਦੀ ਟੀਮ ਦੀ ਅਫਸਰ ਲੇਡੀ ਸੀ ਉਹ ਜਿਹੜੀ ਇੱਕ ਫੈਕਟਰੀ ਜਗ੍ਹਾ ਉਹਨਾਂ ਜਾ ਕੇ ਵੇਖ ਲਿਆ ਕਿ ਆ ਕੀ ਕੁਝ ਹੁੰਦਾ ਪਿਆ ਤੇ ਫੈਕਟਰੀ ਵਾਲਾ ਦਰਵਾਜ਼ੇ ਬੰਦ ਕਰਕੇ ਟੀਮ ਨੂੰ ਕੈਦ ਕਰ ਲਿਆ ਸੀ ਤੇ ਫਿਰ ਇੱਕ ਮੰਤਰੀ ਦਾ ਚੰਡੀਗੜ੍ਹ ਤੋਂ ਫੋਨ ਆਇਆ ਸੀ ਕਿ ਇਹਨਾਂ ਨੂੰ ਜਾਣਨੇ ਦੇਉ ਤੇ ਅਗਲੇ ਦਿਨ ਉਹਨੇ ਪ੍ਰੈਸ ਦੇ ਸਾਹਮਣੇ ਆਖਿਆ ਸੀ ਮੈਂ ਉਹ ਮੰਤਰੀ ਤੇ ਮੇਰੇ ਸ਼ਹਿਰ ਚ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਇੱਡੀ ਵੱਡੀ ਗੱਲ ਹੋਣ ਤੋਂ ਬਾਅਦ ਨਾ ਉਹਦੇ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਗੱਲ ਨੂੰ ਉਹਨੂੰ ਟੋਕਿਆ ਘੂਰਿਆ ਨਾ ਉਹਦੀ ਪਾਰਟੀ ਵਾਲਿਆਂ ਨੇ ਅੱਜ ਹੁਣ ਜਦੋਂ 11 ਲੋਕ ਮਰ ਗਏ ਨੇ 10-12 ਜੇ ਹਸਪਤਾਲਾਂ 'ਚ ਪਏ ਨੇ ਉਹ ਹਾਲਤ ਇਹ ਆ ਕਿ ਉਸ ਪਾਸੇ ਨੂੰ ਕੋਈ ਡਰਦਾ ਮੂੰਹ ਨਹੀਂ ਕਰਦਾ ਹਾਲਾਂਕਿ ਡਿਸਟ੍ਰਿਕਟ ਅਸਟੇਟ ਨੇ ਇਹ ਕਹਿਤਾ ਕਿ ਅਸੀਂ ਸਾਰੀ ਪੜਤਾਲ ਕਰਾ ਲਈ ਆ ਇਸ ਵੱਡੇ ਹਸ ਇਲਾਕੇ 'ਚ ਕੋਈ ਗੈਸ ਨਹੀਂ ਪਰ ਲੋਕ ਡਰਦੇ ਆ ਕਿ ਜਿਹੜੀ ਮਤਲਬ ਇੰਨੀ ਗੈਸ ਰਗੜੀ ਆ ਜੇ ਕਿਸੇ ਨੁਕਰ ਚ ਹੋਰ اٹਕੀ ਹੋਈ ਤੇ ਬਾਹਰ ਆਜੂ ਦੁੱਧ ਦਾ ਸੜਿਆ ਲੱਸੀ ਨੂੰ ਵੀ ਪੂਕਾ ਮਾਰਦਾ ਜਦ ਤੱਕ ਕੋਈ ਤਸੱਲੀ ਨਹੀਂ ਹੁੰਦੀ ਲੋਕ ਕਿਦਾਂ ਉਧਰ ਚੱਲ ਜਣਗੇ ਇਹ ਸਾਰੇ ਕੁਝ ਦੇ ਉੱਤੇ ਹੁਣ ਕਦੇ ਪ੍ਰਦੂਸ਼ਣ ਕੰਟਰੋਲ ਬੋਰਡ ਕਦੇ ਨੈਸ਼ਨਲ ਗ੍ਰੀਨ ਟ੍ਰੀ ਬੋਰਡ ਸਾਰੇ ਭੱਜੇ ਫਿਰਦੇ ਨੇ ਸਭ ਤੋਂ ਪਹਿਲਾਂ ਤੇ ਇਸ ਗੱਲ ਨੂੰ ਚੈੱਕ ਕੀਤਾ ਜਾਣਾ ਚਾਹੀਦਾ ਕਿ ਇਹਨਾਂ ਫੈਕਟਰੀਆਂ ਦੇ ਨਾਲ ਟ੍ਰੀਟਮੈਂਟ ਪਲਾਂਟ ਲੱਗੇ ਆ ਇਹਦੇ ਤੋਂ ਵੀ ਅੱਗੇ ਆ ਕਿ ਤੁਸੀਂ ਇਹ ਵੇਖੋ ਕਿ ਜਿੰਨੀਆਂ ਨੇੜੇ ਦੀਆਂ ਮਿਊਸਪਲ ਕਮੇਟੀਆਂ ਨੇ ਮਿਊਸਪਲ ਕਾਰਪੋਰੇਸ਼ਨ ਨੇ ਉਹਨਾਂ ਟ੍ਰੀਟਮੈਂਟ ਪਲਾਂਟ ਨਲਾਇਕ ਤੋਂ ਨਲਾਇਕ ਬੰਦਾ ਵੀ ਇਹ ਜਾਣਦਾ ਕਿ ਪਾਣੀ ਚੜ ਉੱਚੇ ਤੋਂ ਨੀਵੇਂ ਨੂੰ ਜਾਂਦਾ ਹੁੰਦਾ ਇੱਥੇ ਇਹਦੇ ਲਾਗੇ ਹੀ ਲੁਧਿਆਣੇ ਦੇ ਘੱਟੋ ਘੱਟ ਤਿੰਨ ਨਗਰਪਾਲਿਕਾਵਾਂ ਦਾ ਮੈਨੂੰ ਪਤਾ ਜਿਨ੍ਹਾਂ ਦੇ ਵਿੱਚ ਜਿਹੜੇ ਟ੍ਰੀਟਮੈਂਟ ਪਲਾਂਟ ਆ ਸ਼ਹਿਰ ਦਾ ਪਾਣੀ ਨੀਵੇਂ ਪਾਸੇ ਨੂੰ ਆਉਣਾ ਤੇ ਟ੍ਰੀਟਮੈਂਟ ਪਲਾਂਟ ਉਹਨਾਂ ਦੇ ਚੜ੍ਹਦੇ ਪਾਸੇ ਜਾ ਕੇ ਜਿੱਧਰ ਉੱਚਾ ਥਾਂ ਉੱਥੇ ਬਣਾਉਂਦੇ ਆ ਜਿੱਧਰ ਨੂੰ ਪਾਣੀ ਚੜ੍ਹਦਾ ਹੀ ਨਹੀਂ ਤੇ ਟ੍ਰੀਟਮੈਂਟ ਗੰਦ ਕਿੱਧਰ ਆਊਗਾ ਉਹਦਾ ਸੀਵਰੇਜ ਦਾ ਇਹ ਸਾਰਾ ਕੁਝ ਹੀ ਅੱਡੀ ਨਲਾਇਕੀ ਨਾਲ ਕੀਤਾ ਗਿਆ ਜਿਹੜੀ ਨਲਾਇਕੀ ਕਰਨ ਵਾਲੇ ਕਰਕੇ ਉਹਦੇ ਚੋਂ ਤਰਦਾ ਤਰਦਾ ਮਾਲ ਚੁੱਕ ਕੇ ਤੇ ਤੁਰ ਗਏ ਨੇ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਪੰਜਾਬ ਦੇ ਲੋਕ ਕਦੇ ਕਿਸੇ ਦੀ ਸਰਕਾਰ ਕਦੇ ਕਿਸੇ ਦੀ ਸਰਕਾਰ ਪਰ ਲੁੱਟਮਾਰਨ ਕਰਨ ਵਾਲਿਆਂ ਦੇ ਟੋਲਿਆਂ ਤੇ ਉਹਨਾਂ ਦੇ ਏਜੰਟਾਂ ਤੇ ਉਹਨਾਂ ਨਾਲ ਰਲੇ ਅਫਸਰ ਜਿਹੜੇ ਆ ਉਹਨਾਂ ਦੀਆਂ ਕੀਤਿਆਂ ਨੂੰ ਭੁਗਦੇ ਰਿਹਾ ਜਦੋਂ 10 ਮੋਤਾਂ ਹੋ ਜਾਂਦੀਆਂ ਫਿਰ ਦਿੱਲੀ ਤੱਕ ਸਾਰੀ ਸਰਕਾਰ ਹਿਲ ਜਾਂਦੀ ਹੈ ਅੱਗੋਂ ਪਿਛੋਂ ਕੋਈ ਕੱਖ ਨਹੀਂ ਬੋਲਦਾ ਆ ਵੀ 4 ਦਿਨ ਦੀ ਗੱਲ ਆ ਪੜਤਾਲਾਂ ਮਾੜੀਆਂ ਮੋਟੀਆਂ ਹੋਣਗੀਆਂ ਫਿਰ ਮਾਮਲਾ ਟੱਪ ਹੋ ਜਾਏਗਾ ਜੀ ਸੋ ਮਾਮਲਾ ਟੱਪ ਹੋ ਜਾਊਗਾ ਇਹ ਦੇਖਣਾ ਹੋਏਗਾ ਪਰ ਉਹ ਸਭ ਕਿੱਥੇ ਇੱਕ ਜਾ ਕੇ ਟਪਾਇਆ ਜਾਂਦਾ ਮਾਮਲਾ ਤੇ ਕਿੱਦਾਂ ਟਪਾਇਆ ਜਾਂਦਾ ਪਰਪਰਨ ਸਾਬ ਜਿਸ ਤਰ੍ਹਾਂ ਤੁਸੀਂ ਸਭ ਤੋਂ ਪਹਿਲੀ ਖਬਰ ਦੇ ਵਿੱਚ ਜ਼ਿਕਰ ਕੀਤਾ ਕਿ ਪੰਜਾਬ ਦੇ ਵਿੱਚ ਸਰਕਾਰੀ ਨੌਕਰੀਆਂ ਨੂੰ ਲੈ ਕੇ ਇਤਨਾ ਕਿਤੇ ਜਿਹੜੀ ਕੁਤਾਹੀ ਹੋ ਵਰਤੀ ਜਾਂਦੀ ਹੈ ਤਾਂਦ ਲੀਆਂ ਉਹ ਦੇਖਣ ਨੂੰ ਮਿਲਦੀਆਂ ਪਰ ਇਹ ਪੰਜਾਬ ਚ ਨਹੀਂ ਇਹ ਹਰਿਆਣਾ ਚ ਵੀ ਇੱਕ ਖਬਰ ਆਈ ਹੈ ਜਿੱਥੇ ਸਰਕਾਰੀ ਨੌਕਰੀਆਂ ਦੇ ਵਿੱਚ ਝੁੱਠੇ ਦਾਅਵੇ ਹੋਏ ਨੇ ਮਹਿਜ਼ 5 ਨੰਬਰਾਂ ਦੀ ਹੀਰਾ ਫੇਰੀ ਹੋਈ ਹੈ ਨੰਬਰ ਤਾਂ ਚਲੋ ਥੋੜੇ ਨੇ ਪਰ ਕਿਸੇ ਦਾ ਦਾ ਹੱਕ ਮਾਰਿਆ ਜਾਂਦਾ ਇਸ ਖਬਰ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਕਿਉਂਕਿ ਕਹ ਹਰਿਆਣਾ ਵੀ ਇਸ ਗੱਲੋਂ ਘਟ ਨਹੀਂ ਪੰਜਾਬ ਵੀ ਨਹੀਂ ਘਟ ਮਤਲਬ ਦਾ ਪਹਿਲੇ ਨੰਬਰ ਦੀ ਲੜਾਈ ਵਾਸਤੇ ਹੀ ਆ ਵੀ ਪਹਿਲਾ ਨੰਬਰ ਕਿਹੜਾ ਸੁਭਾ ਹਸਲ ਕਰਦਾ ਅਮੈਂ ਅੱਡ ਅੱਡ ਤਿੰਨ ਅਖਬਾਰਾਂ ਚੋਂ ਸਾਰੀ ਰਿਪੋਰਟ ਪੜ੍ਹੀ ਆ ਸਾਈਟਾਂ ਤੋਂ ਵੀ ਪੜ੍ਹੀ ਉਹਦੇ ਚੋਂ ਨਿਕਲਦਾ ਆਏ ਕਿ ਉੱਥੇ 32000 ਪੋਸਟਾਂ ਨਿਕਲੀਆਂ ਸੀ ਗ੍ਰੇਡ ਸੀ ਦੀਆਂ ਉਹਦੇ ਵਾਸਤੇ 357000 ਲੋਕਾਂ ਨੇ ਅਪਲਾਈ ਕੀਤਾ ਉੱਥੇ ਸਰਕਾਰ ਨੇ ਇੱਕ ਰੂਲ ਬਣਾਇਆ ਸੀ ਜਿਹਦੇ ਚ 5 ਨੰਬਰ ਵੱਧ ਮਿਲ ਸਕਦੇ ਸੀ ਇਹੋ ਜੀ ਭਰਤੀ ਦੇ ਵਿੱਚ ਕਿਸੇ ਨੂੰ ਇੱਕ ਨੰਬਰ ਵੀ ਵੱਧ ਮਿਲ ਜਾਵੇ ਤੇ ਉਹਨਾਂ ਦੇ ਨਾਲ ਹੀ 2000 ਬੰਦਿਆਂ ਤੋਂ ਉੱਪਰ ਚੱਲ ਜਾਂਦਾ ਉਹ ਇੱਥੇ 5 ਨੰਬਰ ਦਾ ਸਵਾਲ ਸੀ ਕਿ 5 ਨੰਬਰ ਮਿਲਨੇ ਕਿਨੂੰ ਸੀ ਪਹਿਲੀ ਗੱਲ ਜਿਹੜਾ ਇਹ ਆਖੇ ਕਿ ਮੈਂ ਅੱਗੇ ਕਦੇ ਕੋਈ ਸਰਕਾਰੀ ਨੌਕਰੀ ਨਹੀਂ ਕੀਤੀ ਪਹਿਲੀ ਵਾਰ ਆ। ਦੂਸਰਾ ਜਿਹੜਾ ਆਖੇ ਮੇਰੇ ਪਿਓ ਤੇ ਮਾਂ ਮਰ ਗਏ ਨੇ। ਤੀਸਰਾ ਜੇ ਕੋਈ ਕੁੜੀ ਹੋਵੇ ਤੇ ਉਹ ਆਖੇ ਮੈਂ ਵਿਧਵਾ ਆ। ਉਹਨਾਂ ਸਾਰਿਆਂ ਵਾਸਤੇ ਇਹੋ ਜੇ ਪੰਜ ਨੰਬਰ ਰੱਖਿਆ ਗਿਆ ਸਨ। ਹੁਣ 32000 ਪੋਸਟਾਂ 357000 ਲੋਕਾਂ ਨੇ ਅਪਲਾਈ ਕੀਤਾ। ਉਹਨਾਂ ਚੋਂ 268000 ਜਿਹੜੇ ਸੀ ਉਹਨਾਂ ਨੇ ਇਹ ਆਖਿਆ ਕਿ ਸਾਡੀ ਆ ਪ੍ਰੋਬਲਮ ਹੈ ਜਿਹਦਾ ਕਰਕੇ ਸਾਨੂੰ ਪੰਜ ਨੰਬਰ ਚਾਹੀਦੇ ਆ। ਜਦੋਂ ਜਿਹੜੇ ਉਹਨਾਂ ਨੇ ਇਹ ਦੱਸਿਆ ਕਿ ਆ ਚੀਜ਼ਾਂ ਨੇ ਉਦੇ ਵਿੱਚੋਂ ਫਿਰ ਆਖਿਆ ਗਿਆ ਕਿ ਲਿਆਓ ਉਹਦੇ ਸਰਟੀਫਿਕੇਟ ਪੇਸ਼ ਕਰੋ ਜਿਹੜਾ ਕਹਿੰਦਾ ਮੇਰੇ ਮਾਪਿਓ ਮਰ ਗਏ ਉਹਦਾ ਡੈਥ ਸਰਟੀਫਿਕੇਟ ਲਿਆਓ ਜਿਹੜਾ ਕੋਈ ਕਹਿੰਦਾ ਮੈਂ ਕਦੇ ਕੋਈ ਸਰਕਾਰੀ ਨੌਕਰੀ ਨਹੀਂ ਕੀਤੀ ਉਹਦਾ ਕੋਈ ਕਲੇਮ ਦਾ ਐਫੀਡੀਓ ਬਣਾ ਕੇ ਲਿਆਓ ਪਤਾ ਲੱਗਾ ਕਿ 170000 ਦੇ ਕਰੀਬ ਇਹੋ ਜਿਹੇ ਆ ਜਿਨ੍ਹਾਂ ਨੇ ਆਖਿਆ ਜੀ ਸਾਡੇ ਕੋਲ ਸਰਟੀਫਿਕੇਟ ਨਹੀਂ ਤੇ ਮੁੜ ਕੇ ਮੁੱਕਰ ਹੀ ਗਿਆ ਕਹਿੰਦੇ ਜੀ ਅਸੀਂ ਤੇ ਇਹ ਕਾਲਮ ਭਰਿਆ ਹੀ ਨਹੀਂ ਸਾਡੇ ਕੋਲ ਆਪਣੇ ਕੋਲ ਕੰਪਿਊਟਰ ਨਹੀਂ ਸੀ ਅਸੀਂ ਗਏ ਸੀ ਸਾ ਸਾਈਬਰ ਕਾਫੇ ਤੇ ਜਿਹੜਾ ਸਾਈਬਰ ਕਾਫੇ ਬੜਾ ਸੀ ਉਹਨੇ ਸਾਡਾ ਫਾਰਮ ਭਰਿਆ ਤੇ ਉਹਨੇ ਆਖਿਆ ਆ ਵੀ ਕਲਿੱਕ ਕਰ ਦਿਓ ਤੁਹਾਨੂੰ 5 ਨੰਬਰ ਮਿਲ ਜਾਣਗੇ ਉਨੇ ਆਪੇ ਹੀ ਭਰ ਦਿੱਤੇ ਆ ਕੌਣ ਨਾ ਮਰ ਜਾਏ ਸਤਗੀਰ ਤੇ ਹੁਣ ਇਹ ਜਿਹੜੇ 사ਦਗੀ ਇੰਨੀ ਬਖੌਂਦੇ ਆ ਨੀਕ ਸਾਨੂੰ ਪਤਾ ਨਹੀਂ ਸੀ ਸਾਡੇ ਨਾਂ ਤੇ ਆ ਕੀਤਾ ਗਿਆ ਅਸਲ ਗੱਲ ਕੀ ਆ ਕਿ ਉੱਥੇ ਪਿਛਲੇ ਸਮੇਂ ਚ ਪਹਿਲਾਂ 옴 ਪ੍ਰਕਾਸ਼ ਚਟਾਲੇ ਦੀ ਸਰਕਾਰ ਵੇਲੇ ਭਰਤੀਆਂ ਦਾ ਘਟਾਲਾ ਹੋਇਆ ਸੀ ਜੀ 옴 ਪ੍ਰਕਾਸ਼ ਚਟਾਲੇ ਨੂੰ 10 ਸਾਲ ਕੈਦ ਦੀ ਸਜ਼ਾ ਹੋਈ ਸੀ ਫਿਰ ਨੌਕਰੀਆਂ ਦਾ ਘਟਾਲਾ ਭពਿੰਦਰ ਸਿੰਘ ਖੋੜਾ ਦੀ ਕਾਂਗਰਸੀ ਸਰਕਾਰ ਵੇਲੇ ਹੋਇਆ ਆ ਆ ਤਾਜ਼ਾ ਘਟਾਲਾ ਜਿਹੜਾ ਭਾਜਪਾ ਦੀ ਸਰਕਾਰ ਵੇਲੇ ਵੀ ਹੁੰਦਾ ਹੁੰਦਾ ਇਸ ਕਰਕੇ ਰਹਿ ਗਿਆ ਕਿਉਂਕਿ ਰੌਲਾ ਬੜਾ ਵੇਲੇ ਸਰ ਪੈ ਗਿਆ ਸੀ ਉਹਨਾਂ ਹਰ ਕੋਈ ਕਹਿੰਦਾ ਜੀ ਮੈਂ ਤੇ ਉਹ ਫਾਰਮ ਆਪ ਭਰਿਆ ਹੀ ਨਹੀਂ ਮੇਰਾ ਫਾਰਮ ਸਾਈਬਰ ਕੈਫੇ ਵਾਲਿਆਂ ਨੇ ਭਰਤਾ ਤੇ ਉਹਨਾਂ ਨੇ ਆਪੇ ਇਸ ਤਰ੍ਹਾਂ ਕਰ ਦਿੱਤਾ ਸੀ ਲਿਆਓ ਸਾਈਬਰ ਕੈਫੇ ਵਾਲਾ ਨੂੰ ਫੜ ਕੇ ਲਿਆਓ ਤੇ ਬਹੁਤੇ ਸਾਈਬਰ ਕੈਫੇ ਵਾਲੇ ਜਿਹੜੇ ਉੱਥੇ ਸੀਸੀਟੀਵੀ ਕੈਮਰੇ ਲੱਗੇ ਆ ਉਹਨਾਂ ਨੇ ਦੱਸ ਦੇਣਾ ਜਿਨ੍ਹਾਂ ਨੇ ਆਪ ਹੀ ਆਖਿਆ ਸੀ ਕਿ ਆਪ ਭਰ ਦਿਓ ਤੇ ਇਹਨਾਂ ਦੇ ਕਹਿਣ ਤੇ ਭਰਿਆ ਗਿਆ ਇਹ ਜਿਹੜੀ ਸਾਰੀ ਹੀਰਾ ਫੇਰੀ ਹੁੰਦੀ ਰਹੀ ਆ ਹੁਣ ਨੰਗੀ ਹੋ ਗਈ ਆ ਇਸ ਹੇਰਾ ਫਿਰ ਦੇ ਨੰਗੇ ਹੋਣ ਤੋਂ ਬਾਅਦ ਸਮੁੱਚੇ ਤੌਰ ਦੇ ਉੱਤੇ ਇਹ ਸਾਰਾ ਪ੍ਰਬੰਧ ਬੇਵਿਸ਼ਵਾਸੀ ਵਾਲਾ ਬਣ ਗਿਆ ਸਰਕਾਰ ਨੂੰ ਇਸ ਮਾਮਲੇ 'ਚ ਵਾਵਾ ਜਿਆਦੀ ਟਿਓਕਸੀ ਵਿਖਾਉਣੀ ਪੈਗੀ ਔਰ ਮਾਮਲਾ ਕੋਰਟ ਤੱਕ ਵੀ ਜਾ ਚੁੱਕਾ ਜਿੰਨਾ ਕਿ ਮੈਨੂੰ ਪਤਾ ਲੱਗਾ ਤੇ ਜੇ ਕੱਲ ਨੂੰ ਕੋਰਟ ਨੇ ਵੀ ਇਹਦਾ ਨੋਟਿਸ ਲੈਣਾ ਤੇ ਅਲਟੀਮੇਟਲੀ ਇਹ ਹੋਣਾ ਕਿ ਇਹਨਾਂ ਸਾਰਿਆਂ ਨੇ ਜੋ ਕੁਝ ਕੀਤਾ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਉਹਦੇ ਨਾਲ ਬਿੱਤ ਰਹੇ ਨਹੀਂ ਕਿ ਜਿਹੜੀ ਉੱਥੋਂ ਦੀ ਸਰਕਾਰ ਹੈ ਉਹ ਆਪ ਇਹ ਮੰਨੇ ਕਿ ਸਾਡੀ ਨੱਕ ਇੱਥੇ ਹੀ ਰਫੀ ਹੁੰਦੀ ਰਹੀ ਆ ਅਸੀਂ ਉਸ ਵਕਤ ਰੋਕ ਨਹੀਂ ਸਕੇ ਹੁਣ ਅਸੀਂ ਇਹਨਾਂ ਸਾਰਿਆਂ ਦੇ ਖਿਲਾਫ ਜਿੰਨੇ ਵੀ ਬਣਦੀ ਆ ਜੋ ਜ਼ਰੂਰੀ ਕਾਰਵਾਈ ਹੋਣੀ ਚਾਹੀਦੀ ਆ ਉਹ ਅਸੀਂ ਕਰਨ ਦਾ ਯਤਨ ਕਰਾਂਗੇ ਪਿਛਲੇ ਸਮੇਂ ਚ ਇਹੋ ਜੇ ਦਾਅਵੇ ਤੇ ਵਾਦੇ ਬਹੁਤ ਕੀਤੇ ਜਾਂਦੇ ਰਹੇ ਕਿ ਅਸੀਂ ਇਹੋ ਜਿਹਾ ਕੰਮ ਕਰਾਂਗੇ ਜਿਸ ਦੇ ਨਾਲ ਅੱਗੇ ਤੋਂ ਇਹ ਰਫੀ ਰੁਕ ਸਕੇ ਪਰ ਉਹਨਾਂ ਦਾਅਵਿਆਂ ਤੇ ਵਾਧਿਆਂ ਦੇ ਉੱਤੇ ਕਦੇ ਵੀ ਪੂਰਾ ਅਮਲ ਨਹੀਂ ਹੋਇਆ ਹਰਿਆਣੇ ਦੀ ਸਰਕਾਰ ਨੂੰ ਇਸ ਵਾਰੀ ਉਹ ਅਮਲ ਕਰਕੇ ਵਿਖਾਉਣਾ ਪੈਊਗਾ ਜੀ ਵਨ ਉਸਾਬ ਅਗਲੀ ਖਬਰ ਉਹ ਵਾਦੇ ਆ ਤਾਂ ਸਿੱਧਾ ਤੋਂ ਅਮਰੀਕਾ ਲੈ ਕੇ ਜਾਣਾ ਅਮਰੀਕਾ ਦੇ ਵਿੱਚ ਬੈਂਕ ਹੈ ਜੀ ਫਰਸਟ ਰਿਪਬਲਿਕਨ ਬੈਂਕ ਹਾਲਾਂਕਿ ਇਸ ਦੇ ਨਾਂ ਉੱਤੇ ਵੀ ਕਈ ਤਰ੍ਹਾਂ ਦੇ ਚਰਚੇ ਨੇ ਉਹ ਇਹ ਬੈਂਕ ਫੇਲ ਹੋ ਗਿਆ ਤੇ ਇਹਦੇ ਪਿਛਲੀ ਕਹਾਣੀ ਕੀ ਹੈ ਤੇ ਹੁਣ ਅੱਗੇ ਇਸ ਬੈਂਕ ਦੇ ਬਾਰੇ ਅਪਡੇਟ ਕੀ ਹੈ ਜੀ ਇਹ ਦੱਸਿਓ ਥੋੜਾ ਉਹਨੇ ਉਹਦੇ ਨਾਂ ਦੇ ਕੋਈ ਚਰਚੇ ਨਹੀਂਗੇ ਸਾਡੇ ਇੱਥੇ ਮੁੰਡੇ ਕੁੜੀਆਂ ਅਖਬਾਰਾਂ ਦੇ ਦਫ਼ਤਰਾਂ ਜਿਹੜੇ ਬੈਠੇ ਉਹਨਾਂ ਨੂੰ ਪਤਾ ਹੀ ਕੋਈ ਨਹੀਂ ਉਹ ਅਮਰੀਕਾ ਦੇ ਰਾਸ਼ਟਰਪਤੀ ਦੇ ਰਿਹਾ ਸੀ ਵਾਈਟ ਹਾਊਸ ਨੂੰ ਵੀ ਚਿੱਟਾ ਕਰ ਲਿਖੀ ਜਾਂਦੀ ਉਹਨਾਂ ਨੂੰ ਪਤਾ ਹੀ ਨਹੀਂ ਕਿ ਉਹ ਉਹਦਾ ਨਾਂ ਨਹੀਂ ਬਦਲ ਸਕਦੇ ਇਸ ਬੈਂਕ ਦਾ ਨਾਮ ਫਰਸਟ ਰਿਪਬਲਿਕਨ ਬੈਂਕ ਹੈ ਤੇ ਮੈਂ ਵੇਖਿਆ ਦੋ ਅਖਬਾਰਾਂ 'ਚ ਲਿਖਿਆ ਪਹਿਲਾ ਲੋਕਤੰਤਰੀ ਬੈਂਕ ਉਹ ਇਹ ਨਹੀਂ ਗਿਆ ਉਸ ਬੈਂਕ ਦਾ ਨਾਮ ਹੈ ਫਰਸਟ ਰਿਪਬਲਿਕਨ ਬੈਂਕ ਇਹ ਅਮਰੀਕਾ ਦੇ ਬੈਂਕਾਂ ਦੀ ਰੈਂਕਿੰਗ ਦੇ ਵਿੱਚ 14ਵੇਂ ਨੰਬਰ ਦਾ ਬੈਂਕ ਸੀ ਮੈਂ ਜਿਹੜੀ ਲਿਸਟ ਪੜ੍ਹੀ ਆ ਇਹਦੇ ਤੋਂ ਅਜੇ ਥੋੜਾ ਚਿਰ ਪਹਿਲਾਂ ਉੱਥੇ ਸਿਲੀਕਨ ਵੈਲੀ ਬੈਂਕ ਬੰਦ ਹੋਇਆ ਉਹ ਵੀ ਫੇਲ ਹੋ ਗਿਆ ਤੇ ਲੋਕਾਂ ਦਾ ਪੈਸਾ ਉੱਚ ਬਹੁਤ ਮਾਰਿਆ ਗਿਆ ਸੀ ਲੋਕੀਂ ਦੇ ਹੱਥਾਂ ਨਾਲ ਪਿੱਟਦੇ ਸੀ ਹੁਣ ਇਹ ਜਿਹੜਾ ਬੈਂਕ ਹੈ ਅਮਰੀਕਾ ਦਾ 14ਵਾਂ ਵੱਡਾ ਬੈਂਕ ਇਹ ਬੰਦ ਹੋਣ ਲੱਗਾ ਤੇ ਇਹਨੂੰ ਇਹਦੇ ਤੋਂ ਵੱਡੇ ਜੇਪੀ ਮੋਰਗਨ ਵਾਲਿਆਂ ਨੇ ਆਪਣੇ ਕੰਟਰੋਲ 'ਚ ਕਹਿੰਦੇ ਲੈ ਲਿਆ ਹੁਣ ਬਚਾਉਣ ਦਾ ਯਤਨ ਕੀਤਾ ਜਾ ਰਿਹਾ ਜਦੋਂ ਇਹ ਬਚਾਉਣ ਦਾ ਯਤਨ ਹੁੰਦਾ ਤੇ ਇਹ ਸਿਰਫ ਜਿਹੜੇ ਅਕਾਊਂਟ ਹੋਲਡਰਸ ਨੇ ਖਾਤੇਦਾਰ ਨੇ ਆਮ ਲੋਕ ਨੇ ਉਹਨਾਂ ਨੂੰ ਬਚਾਉਣ ਦਾ ਯਤਨ ਨਹੀਂ ਹੋ ਰਿਹਾ ਉਹਨਾਂ ਦੇ ਬਹਾਨੇ ਅਸਲ ਵਿੱਚ ਬਹੁਤ ਸਾਰੇ ਕਾਰਪੋਰੇਟ ਘਰਾਣਿਆਂ ਦਾ ਪੈਸਾ ਵੀ ਉੱਚ ਹੁੰਦਾ ਤੇ ਨਾਲ ਇਹ ਵੀ ਆ ਕਿ ਇਦਾਂ ਦੇ ਇੱਕ ਦੋ ਬੈਂਕ ਜੇ ਹੋਰ ਬੰਦ ਹੋ ਜਾਣ ਤੇ ਉਥੋਂ ਦੀ ਉਸ ਦੇਸ਼ ਦੀ ਸਮੁੱਚੀ ਅਕਨੋਮੀ ਜਿਹੜੀ ਹੈ ਜਿਹੜੀ ਸਮੁੱਚੀ ਆਰਥਿਕਤਾ ਉਨਵੇਂ ਹੋ ਜੇ ਝਟਕੇ ਲੱਗ ਜਣੇ ਕਿ ਮੁੜਕੇ ਉਹ ਸੰਭਾਲੀ ਨਹੀਂ ਜਾ ਸਕਣੀ ਅੱਗੇ ਵੀ ਹਾਲਤੇ ਆ ਕਿ ਅਮਰੀਕਾ ਦੀ ਇਕਨੋਮੀ ਨੂੰ ਜਦੋਂ ਕੋਈ ਝਟਕਾ ਲੱਗਦਾ ਤੇ ਉਹ ਝਟਕਾ ਅਮਰੀਕਾ ਤੱਕ ਸੀਮਤ ਨਹੀਂ ਰਹਿੰਦਾ ਉਹਦੇ ਝਟਕੇ ਸਾਰੀ ਦੁਨੀਆ ਦੀ ਇਕਨੋਮੀ ਵਾਸਤੇ ਝਟਕੇ ਬਣ ਜਾਂਦੇ ਆ 2008 ਵਿੱਚ ਅਮਰੀਕਾ ਦੇ ਵਿੱਚ ਇਕਨੋਮੀ ਨੂੰ ਝਟਕਾ ਲੱਗਾ ਸੀ ਅਗੜ ਪਿਛੜ ਛੋਟੇ ਮੋਟੇ ਕਰਕੇ ਕਹਿੰਦੇ ਸੀ 600 ਤੋਂ ਵੱਧ ਬੈਂਕ ਬੰਦ ਹੋ ਗਏ ਜਿਨ੍ਹਾਂ ਚੋਂ 10-12 ਤਾਂ ਵੱਡੇ ਬੈਂਕ ਸਨ ਉਹ ਟੜਕੇ ਤੋਂ ਅਜੇ ਤੱਕ ਅਮਰੀਕਾ ਸੰਭਲਿਆ ਨਹੀਂ ਅਮਰੀਕਾ ਦੇ ਨਾਲ ਦੇ ਦੇਸ਼ ਸੰਭਲੇ ਨਹੀਂ ਦੁਨੀਆ ਸੰਭਲੀ ਨਹੀਂ ਤੇ ਹੁਣ ਇੱਕ ਇੱਕ ਕਰਕੇ ਅਮਰੀਕਾ ਵਿੱਚ ਬੈਂਕਾਂ ਦੇ ਬੰਦ ਹੋਣ ਦਾ ਸਿਲਸਲਾ ਫਿਰ ਚੱਲ ਪਿਆ ਪਹਿਲਾਂ ਸਿਲੀਕਨ ਵੈਲੀ ਬੈਂਕ ਬੰਦ ਹੋਇਆ ਜਿਹਦੇ ਵਿੱਚ ਬਹੁਤੇ ਜਿਹੜੇ ਸਿਲੀਕਨ ਵੈਲੀ ਦੇ ਜਿਹੜੇ ਟੈਕਨੋਕ੍ਰੇਟ ਨੇ ਜਿਹੜੇ ਹੁਨਰਮੰਦ ਲੋਕ ਨੇ ਪ੍ਰੋਫੈਸ਼ਨਲ ਨੇ ਉਹਨਾਂ ਦਾ ਪੈਸਾ ਲੱਗਾ ਸੀ ਉਹ ਡੁੱਬਣਾ ਸ਼ੁਰੂ ਹੋ ਗਿਆ ਉੱਚ ਬਹੁਤ ਸਾਰੇ ਭਾਰਤੀ ਵੀ ਸਨ ਹੁਣ ਉਹਦੇ ਤੋਂ ਬਾਅਦ ਇਹ ਫਾਸਟਰ ਪਬਲਿਕਨ ਬੈਂਕ ਬੰਦ ਹੋਣ ਲੱਗਾ ਪਰ ਉਹ ਜਿਹੜਾ ਕਹਿੰਦੇ ਭੰਡਾ ਭੰਡਾਰ ਤੇਰਾ ਕਿੰਨਾ ਕੁ ਭਾਰ ਇੱਕ ਮੁਕੇ ਚੁੱਕ ਲੈ ਦੂਜੇ ਨੂੰ ਤਿਆਰ ਇੱਥੇ ਅਮਰੀਕਾ ਦੇ ਬੈਂਕਾਂ ਦੇ ਵੀ ਅੱਜ ਕੱਲ ਇਦਾਂ ਦੀ ਹਾਲਤ ਹੋਈ ਪਈ ਹੈ ਇੱਕ ਬੈਂਕ ਬੰਦ ਤੇ ਦੂਸਰਾ ਬੰਦ ਹੋਣ ਨੂੰ ਤਿਆਰ ਜਾਵਦਾ ਅੱਗੜ ਪਿਛੜ ਇੰਨੇ ਬੰਦ ਹੁੰਦੇ ਜਾ ਰਹੇ ਆ ਕਿ ਜੇ ਅਮਰੀਕਾ ਦੀ ਸਰਕਾਰ ਵਿੜਾ ਰਹਿੰਦਿਆਂ ਤੋਂ ਇਹਨਾਂ ਦੇ ਬੈਂਕ ਬੈਂਕਾਂ ਦੇ ਬੰਦ ਹੋਣ ਦੇ ਸਿਲਸਲੇ ਨੂੰ ਰੋਕ ਨਾ ਸਕੇ ਤੇ ਇਹਦੀ ਇਕਨੋਮੀ ਨੂੰ ਏਡਾ ਵੱਡਾ ਝਟਕਾ ਹੋਏਗਾ ਜਿਹੜੇ ਝਟਕੇ ਦੇ ਨਾਲ ਦੁਨੀਆ ਭਰ ਦੀ ਇਕਨੋਮੀ ਨੂੰ ਇੱਕ ਵਾਰੀ ਫੇਰ ਬਹੁਤ ਵੱਡਾ ਝਟਕਾ ਸਕਦਾ ਜਿਸ ਤੋਂ ਬਚਣ ਦੀ ਇਹਨਾਂ ਲੋੜ ਪੈ ਗਈ ਵਜਦੇ ਕਿ ਨਹੀਂ ਸਮਾਂ ਦੱਸ ਜੀ ਸੋ ਪਰ ਨੂੰ ਸਭ ਸਮਾ ਦਸੂਗਾ ਪਰ ਸਮਾਤਾ ਇਸ ਵੇਲੇ ਦੱਸ ਰਿਹਾ ਜੀ ਜਾਣ ਦਾ ਸਮਾਂ ਹੋ ਗਿਆ ਤੇ ਤੁਸੀਂ ਪ੍ਰੋਗਰਾਮ ਦੇ ਵਿੱਚ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਤਾਂ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਨ ਦਾ ਵੇਲਾ ਹੋ ਚੱਲਿਆ ਜੀ ਤੇ ਇਸ ਪ੍ਰੋਗਰਾਮ ਤੱਲਕ ਤੁਹਾਡੇ ਸੁਝਾਅ ਟਿੱਪਣੀਆਂ ਉਹਨਾਂ ਦਾ ਸਾਨੂੰ ਇੰਤਜ਼ਾਰ ਰਹੇਗਾ ਫਲਹਾਲ ਮੈਨੂੰ ਆਨੰਦਪ੍ਰੀਤ ਸਿੰਘ ਨੂੰ ਦੇਉ ਇਜਾਜ਼ਤ ਵੇਖਦੇ ਹੋ ਪ੍ਰਾਈਮੇਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ